ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹ ਹੀ ਹੈ, ਲੋਕਾਂ ਨੇ ਕੋਈ ਭੁੱਲਿਆ? ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜੱਥੇ ਦੇ ਕਿਸੇ ਸਿੰਘ ਦੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਹੈ, ਅਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਕਿ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ? ਜੇ ਤਾਂ ਸਾਨੂੰ ਦੱਸ ਦਿਓ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲਿਆਂ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨੇ ਬਾਡੀਗਾਰਡ ਨੇ, ਉਹਨਾਂ ਨੂੰ ਇਕੱਲੇ ਇਕੱਲੇ ਨੂੰ ਪਰਚੇ 'ਚ ਉਲਝਾਉਣਾ ਕਿ ਜੇ ਸਾਡੇ 'ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਤੁਹਾਨੂੰ ਦੱਸ ਦੇਣਾ ਅਸੀਂ ਰੱਖੀ ਵੀ ਫਰੀਏ ਦੋ ਚਾਰ। ਡੀਫਾਈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ। ਇਸ ਵੇਲੇ ਦੀ ਵੱਡੀ ਖਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥੀ ਵਰਿੰਦਰ ਸਿੰਘ ਜੌਹਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀ ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਠਾਣਾ ਦੇ ਵੱਲੋਂ ਜਿਹੜੀ ਕੀਤੀ ਗਈ ਹੈ, ਜੋ ਵਰਿੰਦਰ ਸਿੰਘ ਜੌਹਲ ਨੂੰ ਜਿਹੜਾ ਉਸਦੇ ਪਿੰਡ ਦੇ ਵਿੱਚੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਤੁਹਾਨੂੰ ਦੱਸਦੀ ਕਿ ਉਸਦੇ ਉੱਪਰ ਆਰਮਡ ਐਕਟ ਦਾ ਜਿਹੜਾ ਉਹ ਪਰਚਾ ਦਿੱਤਾ ਗਿਆ। ਤੁਹਾਨੂੰ ਦੱਸਦੀ ਕਿ ਵਰਿੰਦਰ ਦੀ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ, ਜਿਹਦੇ ਵਿੱਚ ਉਹ ਕੋਠੇ 'ਤੇ ਖੜ੍ਹਾ ਜਿਹੜਾ ਰਫਲ ਚਲਾਉਂਦਾ ਦਿਖਾਈ ਦੇ ਰਿਹਾ, ਜਿਸ ਤੋਂ ਬਾਅਦ ਉਸਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ। ਅਤੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਪੱਟੀ ਠਾਣਾ ਦੇ ਵਿੱਚ ਪਹੁੰਚੇ ਨੇ, ਅਤੇ ਜਿੱਥੇ ਜਾ ਕੇ ਉਹਨਾਂ ਨੇ ਪੁਲਿਸ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਦਾ ਕਹਿਣਾ ਕਿ ਜੋ ਗਨ ਉਸਦੇ ਕੋਲ ਸੀ ਉਹ ਲਾਇਸੈਂਸੀ ਸੀ, ਤਾਂ ਪੁਲਿਸ ਨੇ ਇਹ ਪਰਚਾ ਕਿਵੇਂ ਦਿੱਤਾ ਹੈ? ਅਤੇ ਇਸ ਦੇ ਨਾਲ ਉਹਨਾਂ ਨੇ SGPC ਦੇ ਪ੍ਰਧਾਨ ਜੋ ਹਰਜਿੰਦਰ ਸਿੰਘ ਧਾਮੀ ਉੱਤੇ ਹਮਲਾ ਹੋਇਆ ਉਸ ਬਾਰੇ ਵੀ ਆਪਣਾ ਬਿਆਨ ਜਾਰੀ ਕੀਤਾ ਹੈ, ਅਤੇ ਨਾਲ ਹੀ ਉਹਨਾਂ ਨੇ ਨਸ਼ਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਵੀ ਘੇਰਿਆ। ਆਹ ਸੁਣਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਹੋਰ ਕੀ ਕਹਿਣਾ ਹੈ। ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜੱਥੇ ਦੇ ਕਿਸੇ ਸਿੰਘ ਦੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਾਡੇ ਜੱਥੇ ਦਾ ਸਿੰਘ ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਉਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ 'ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਵੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਅਤੇ ਇੱਕ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਲੜੀਦਾ ਵਰਿੰਦਰ ਸਿੰਘ ਫੌਜੀ ਜਿਹੜਾ ਸਾਡੇ ਜੱਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ, ਅਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ। ਹੋ ਸਕਦਾ ਹੈ ਜਦੋਂ ਉਹਦੇ ਕੋਲੋਂ ਗਏ ਹੈ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ ਜਿਹੜੀ ਉਹ ਗਨ ਹਾਊਸ ਦੇ ਕੋਲੋਂ ਲੈ ਕੇ ਆਇਆ, ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ, ਔਰ ਇਹ ਆਪਣੇ ਲਾਇਸੈਂਸ 'ਤੇ ਚੜਾ ਦੂਗਾ, ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ, ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ ਵਕੀਲ ਹੋ ਗਿਆ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਕਿ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ? ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਈਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲਿਆਂ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨੇ ਬਾਡੀਗਾਰਡ ਨੇ, ਉਹਨਾਂ ਨੂੰ ਇਕੱਲੇ ਇਕੱਲੇ ਨੂੰ ਪਰਚੇ 'ਚ ਉਲਝਾਉਣਾ ਅਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ, ਇਹ ਕੀ ਸੁਨੇਹਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ, ਅਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ, ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤਾਂ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜੱਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜੱਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ, ਜਾਂ ਤਾਂ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ, ਅਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟ੍ਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ,
ਵੀ ਜੋ ਕਰ ਰਹੇ ਹਾਂ ਸਭ ਦੇ ਸਾਹਮਣੇ ਕਰ ਰਹੇ ਹਾਂ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ 'ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਨ ਕਰਨਾ, ਢੀਂਗ ਕਰਨਾ, ਮੈਂ ਦੱਸ ਦੇਣਾ, ਅਸੀਂ ਰੱਖੀ ਵੀ ਫਰੀਏ ਦੋ ਚਾਰ। ਭਾਈ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ, ਹੈਂ। ਹੁਣ ਘਰ ਦੇ ਵਿੱਚ ਆਪਣੀ ਛੱਤ 'ਤੇ ਖਲੋ ਕੇ ਫਾਇਰ ਕਰਨਾ ਕਿਉਂ ਗੁਨਾਹ ਵਾਲੀ ਗੱਲ ਹੈ? ਚਲੋ, ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਦੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ ਕਿਸੇ ਮੁਖਬਰ ਨੇ, ਹੁਣ ਅਸੀਂ ਤਾਂ ਇਹ ਵੀ ਕਹਿੰਦੇ ਵੀ ਸਾਨੂੰ ਵੀ ਦੱਸੋ ਮੁਖਬਰ ਕਿਹੜਾ? ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਗਿਆ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ ਆਪਣੇ ਨਾਮ ਲੈਣ ਵਾਸਤੇ, ਅਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਂ ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ। ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ 'ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਸੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ, ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ, ਨਸ਼ੇ ਦੇ ਖਿਲਾਫ਼ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ ਸਮੇਂ ਦੀ ਕੀਤੀ ਜਾਵੇ, ਕਹੇ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਚ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ 'ਤੇ ਲੱਗਾ, ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ, ਸਰਕਾਰ ਦਾ, ਖਾਸ ਕਰਕੇ ਪ੍ਰਸ਼ਾਸਨ ਨੂੰ ਤਾਂ ਗਾੜੀਆਂ ਵਰਤਦੇ ਹੀ ਨਹੀਂ ਆਰਡਰ ਦੇ ਕੇ। ਇਸ 'ਤੇ ਲੱਗਾ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤਾਂ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਅਤੇ ਜਿਹੜੇ ਨਸ਼ਿਆਂ ਦੇ ਖਿਲਾਫ਼ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ 'ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਛ ਗਲਤ ਨਹੀਂ ਹੋ ਰਿਹਾ, ਅਤੇ ਫਿਰ ਬਾਅਦ 'ਚ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਰਾਂ ਨਾਲ ਸਲਾਹ ਕੀਤੀ, ਉਹ ਮਾਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤਾਂ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਇਹ ਧਰਤੀ ਉਹ ਹੀ ਹੈ, ਲੋਕਾਂ ਨੇ ਕੁਝ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ? ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ, ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਹੜਕ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਵੀ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ, ਉਹ ਪੁਲਿਸ ਤੋਂ ਡਰਿਆ ਕਰਨਗੇ, ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ 'ਚ ਕਹਿੰਦਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ, ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ, ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ, ਇਹਦੇ ਨਾਲ ਕੀ ਹੈ ਆਪਸੀ ਵਹਿਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ, ਮੰਗ ਅਸੀਂ ਇਹਨਾਂ ਨੂੰ ਕਹਿਤਾ ਵੀ ਬਾਈ ਕੱਲ੍ਹ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ, ਇਹ ਤਾਂ ਬਿਲਕੁਲ ਨਜਾਇਜ਼ ਕੰਮ ਹੈ, ਜਿਹੜਾ ਅਵੇਲੇਬਲ ਅਫੈਂਸ ਹੈ 327 ਦਾ, ਜੇ ਕਹਿੰਦੇ ਫਾਇਰ ਕੱਢਣ ਵਾਲਾ ਪਾਉਣਾ ਹੈ ਪਰਚਾ, ਹੈ ਉਹਦੀ ਤਾਂ ਜਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ, ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਉਹ ਅੱਤਵਾਦੀ ਫੜ ਲਿਆ ਸੀ, ਇਹ ਕੋਈ ਚੰਗੀ ਗੱਲ ਥੋੜ੍ਹੀ। ਜੇਕਰ ਕੱਲ੍ਹ ਤੱਕ ਪੁਲਿਸ ਬੰਦਾ ਨਹੀਂ ਛੱਡਦੀ, ਕੀ ਐਕਸ਼ਨ ਕਰੋ? ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ, ਕੋਈ ਨਹੀਂ ਬੰਦਾ ਤਾਂ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦਿੰਦੇ ਅੰਦਰ, ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ, ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਿਆ ਤੁਹਾਨੂੰ ਚੱਕ ਲੈਣਾ, ਅਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ, ਅਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤਾਂ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ, ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ, ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀਏ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸਾਜ਼ਿਸ਼ਾਂ ਸਾਡੇ 'ਤੇ ਹੋਣ, ਅਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ, ਇਹ ਸਰਕਾਰ ਬੈਠ ਕੇ ਤੈਅ ਕਰ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ 'ਤੇ ਹਮਲਾ ਹੋਇਆ, ਭਾਈ ਸਾਹਿਬ ਕੁਛ ਕਹਿਣਾ ਚਾਹੋਗੇ ਇਹਨਾਂ ਬਾਰੇ? ਨਹੀਂ, ਚੰਗੀ ਗੱਲ ਨਹੀਂ, ਦੇਖੋ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਵੀ ਕੋਈ ਬੰਦਾ ਜੇ ਕੋਈ ਚੱਲ ਗਿਆ ਉੱਥੇ ਹਮਲਾ ਕਰਨਾ ਨਹੀਂ ਚਾਹੀਦਾ, ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ
भी पिछले लंबे समय तो इन्होंने जिहड़ा वा बहुत ऐसे फैसले किए जिन्हों तो संगत निराश हुई। और दूजी गल है धामी साहब का बयान फतेहगढ़ साहब आया सी, अज एक नवी खबर आई है जिन्होंने गुंडागर्दी की है बिहारियों नाल, बिहारियों ने उन्होंने कुछ नहीं किया। पहला गार्डां के खिलाफ यह बयान दिता भी सारी गलती इन्हां दी सी। अज चार सिख नौजवानों की उत्थे विद्यार्थियों की गिरफ्तारी कर दी प्रिंसीपल के बयान के उत्ते। मतलब जे श्रोमणी कमेटी यह रवैया अपनाऊगी तो फिर इन्हों जिते जाएंगे यही लोग करेंगे, लोग की करन और लोगों को राह कि बचिया। पंथ की सरमौर संस्था हो के तुसी पंथ विरोधी बनोगे चंगी गल। अमृतपाल के साथी वरिंदर सिंह के उत्ते जो मामला दर्ज किया गया इस लैके पुलिस अधिकारी का कहना है कि असी मामला दर्ज करके अपनी जांच शुरू कर रहे हैं, जेकर असी गलत होए तो इस परचे नूं कैंसल किया जाएगा। अज भाई अमृतपाल सिंह जी थाना सदर दे विच आए ने ते की गलबात हुई है तुहाडी उन्हां नाल जी? कोई सोशल मीडिया ते कोई वीडियो वायरल हुई है भी एक इन्हां दा इन्हां दी जथेबंदी दा कोई निहंग सिंह अपनी राइफल नाल हवाई फेयर करदा उहदी वायरल हुई है, जिहदे संबंध विच वरिंदर सिंह जौल आए जो जौड़ सिंह वाले रहिंदा ते उहदे ते जिहड़ा परचा दित्ता 336-2547 विश्वास दवाया गया लाइसेंस ही है जी धारा जी 25-2547 आर्म एक्ट लगी है डिलीट की जाऊगी। अपने सीनियर अफसर के मानयोग एस एस पी साहब के पेश अपने नोटिस लिया के असीं इह धारा डिलीट कर देंगे जेकर उहदा अपने असल लाइसेंस ही है। तां तुहानूं दस दईए कि भाई अमृतपाल सिंह दे साथी दी इक वीडियो सोशल मीडिया ते वायरल होई सी जिस दे विच उह रफल चलाउंदे दिखाई दित्ते सी, जिस तों बाद पुलिस ने इह एक्शन लिया उस दे खिलाफ परचा दर्ज कीता है ते उसकी जिहड़ी गन आ उसनूं बरामद कीता है। तुहानूं दस दईए कि आम आदमी पार्टी दे वल्लों इक ऐलान कीता गया सी कि गन कल्चर नूं प्रमोट नहीं कीता जाएगा, जेकर कोई सोशल मीडिया ते वीडियो पाउंदा है तां उसके खिलाफ कार्रवाई होगी, जिस दे तहत पुलिस ने मामला दर्ज किया है। तो आर्म्ड एक्ट का जिहड़ा उह मामला भी दर्ज किया है, हुण देखना होगा कि जांच दे विचों की निकल के सामने आता है। फिलहाल पुलिस ने अमृतपाल के साथी जो अदालत दे विच पेश करके जेल भेज दिता है। तरन तारण तो विजय अरोड़ा की रिपोर्ट, D5 चैनल पंजाबी। होएगी किसानों की गल, नवी खेती मशीन बीजा ते बागां की गल लेके चलांगे तुहानू रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच, सोमवार तो शुक्रवार सवेरे 7:30 D5 चैनल पंजाबी ते। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com D5 चैनल पंजाबी। हुणे सब्सक्राइब करो, बैल आइकन पे क्लिक करो।